ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਆਪਣੇ ਦੂਜੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ। ਕੱਲ੍ਹ ਜਿਵੇਂ ਗੁਰਦੁਆਰਾ ਸਾਹਿਬ ਗਏ ਸੀਗੇ ਅਤੇ ਨਾਲੇ ਬੀਚ ਗਏ ਸੀਗੇ, ਅਤੇ ਅੱਜ ਦਾ ਬਲੌਗ ਤੁਹਾਨੂੰ ਸਿਟੀ ਦਾ ਸਕਾਈ ਸਿਟੀ ਟਾਵਰ ਤੋਂ ਵਿਊ ਦਿਖਾਵਾਂਗੇ, ਅਤੇ ਨਾਲੇ ਡਿਨਰ ਵਗੈਰਾ ਵੀ ਕਰਨਾ, ਫਿਰ ਉਹ ਤੋਂ ਬਾਅਦ ਫਿਰ ਉਹ ਵੀ ਦਿਖਾਵਾਂਗੇ ਕਿੱਦਾਂ ਦਾ ਰੈਸਟੋਰੈਂਟ ਵਗੈਰਾ ਸੀਗਾ। ਅਤੇ ਜਿਹੜਾ ਮੈਂ ਤੁਹਾਨੂੰ ਸਕਾਈ ਟਾਵਰ ਦੱਸ ਰਿਹਾ ਉਹ ਐਵੇਂ ਦੱਸ ਲਓ, ਮੈਂ ਇੱਥੇ ਡੈਮੋ ਦਿਖਾਉਂਦਾ ਤੁਹਾਨੂੰ। ਆਹ ਵੇਖੋ, ਆਹ ਇੱਕ ਉੱਦਾਂ ਰੱਖਿਆ ਹੋਇਆ ਇਹਨਾਂ ਨੇ ਡੈਮੋ, ਆਹ ਸਿਟੀ ਦਾ ਸਕਾਈ ਟਾਵਰ ਆ ਪੂਰਾ। ਅਤੇ ਉਹਦੇ ਅੰਦਰ ਹੀ ਅਸੀਂ ਖੜ੍ਹੇ ਹਾਂ ਇਸ ਟਾਈਮ, ਅਤੇ ਕਈ ਇੱਥੇ ਉੱਪਰ ਵੀ ਇੱਦਾਂ ਜਾਂਦੇ ਆ, ਜਿਵੇਂ ਆਹ ਦੇਖਿਓ ਤੁਹਾਨੂੰ ਫੋਟੋ ਦੇ ਵਿੱਚ ਦਿਖਦਾ ਹੋਊਗਾ ਜਿਹਨੇ ਕਰਨੀ ਹੋਵੇ ਕਲਾਈਂਬਿੰਗ। ਅਤੇ ਇਹ ਅਲੱਗ ਐਕਸਪੀਰੀਅੰਸ ਹੈ, ਸੋ ਇਹ ਆਪਾਂ ਕਰਨਾ ਨਹੀਂ। ਅਤੇ ਟਿਕਟਾਂ ਵਗੈਰਾ ਲੈ ਲਈਆਂ, ਸੋਹਣਾ ਲੱਗ ਰਿਹਾ ਨਾ ਇਹ, ਬਹੁਤ ਸੋਹਣਾ ਲੱਗ। ਆਪਾਂ ਕਿੱਧਰ ਜਾਣਾ? ਸਿੱਧਾ ਬਹੁਤ ਵਧੀਆ ਕਾਸ਼ੀਆ ਇੰਡੀਅਨ ਇੱਥੇ ਬਹੁਤ ਸੋਹਣਾ। ਓਕੇ ਓਕੇ, ਅਤੇ ਯੂਰੋਪੀਅਨ ਟੱਚ ਆ ਮਤਲਬ ਰੋਟੀ ਰੋਟੀ। ਠੀਕ ਹੈ ਠੀਕ ਹੈ, ਬਾਬਾ ਪੋਸ਼ ਏਰੀਆ ਲੱਗ ਰਿਹਾ ਨਾ ਇਹ, ਬਹੁਤ ਡਿਫਰੈਂਟ ਆ। ਠੰਡ ਹੈ, ਠੰਡ ਹੈ, ਸ਼ਾਮ ਤਾਂ ਠੰਡ ਹੋ ਗਈ। ਇੱਥੇ ਆ ਗਈ ਆਪਾਂ ਸਕਾਈ ਸਿਟੀ। ਆਹ ਕਿੰਨਾ ਸੋਹਣਾ ਬਣਾਇਆ ਹੋਇਆ ਨਾ, ਬੜੀ ਫਾਸਟ ਜਾ ਰਹੀ ਹੈ। ਪਹੁੰਚ ਗਏ, ਠੀਕ ਹੈ ਠੀਕ ਹੈ। ਥੱਲੇ ਵੀ ਜਾ ਸਕਦੇ ਇੱਥੇ? ਹਾਂ, ਇੱਥੇ ਖੜ੍ਹ ਸਕਦੇ ਹਾਂ ਗਲਾਸ 'ਤੇ। ਓਕੇ ਓਕੇ, ਐਵੇਂ ਲੱਗਦਾ ਜਿਵੇਂ ਨੀਚੇ ਨਾ ਗਿਰ ਜਾਈ ਉਹਦੇ ਨਾ ਗਲਾਸ ਦੇ ਉੱਤੇ ਖੜਿਆ ਹੈ ਨਾ। ਹਾਂ, ਆਹ ਵਿਊ ਕਿੰਨਾ ਸੋਹਣਾ ਇੱਥੇ। ਵਾਹ ਯਾਰ, ਸਹੀ ਗੱਲ ਹੈ। ਹਾਂ, ਉਹ ਫਿਰ ਅਟਰੈਕਟ ਕਰਦੇ ਆ ਨਾ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਸਾਰਿਆਂ ਨੂੰ।
ਹਲੇ ਦਿਨ ਵੇਲੇ ਹੋਰ ਵੀ ਵਧੀਆ ਲੱਗਦਾ ਹੋਣਾ ਨਾ। ਰਿਫਲੈਕਸ਼ਨ ਆ ਰਹੀ ਹੈ ਸ਼ੀਸ਼ੇ ਵਿੱਚ ਦੀ ਨਾ। ਬਹੁਤ ਸੋਹਣਾ ਵਿਊ ਹੈ। ਇਹਨਾਂ ਤੁਸੀਂ ਚਾਰੇ ਪਾਸੇ ਐਵੇਂ ਸਰਾਊਂਡਿੰਗ ਦੇ ਵਿੱਚ ਜਾ ਕੇ ਤੁਸੀਂ ਚਾਰੇ ਪਾਸੇ ਵਿਊ ਦੇਖ ਸਕਦੇ ਹੋ ਸਿਟੀ ਦਾ। ਤੁਹਾਨੂੰ ਮੈਨੂੰ ਲੱਗਦਾ ਦਿਖ ਨਹੀਂ ਰਿਹਾ ਹੋਣਾ ਪ੍ਰੋਪਰਲੀ ਕਿਉਂਕਿ ਰਿਫਲੈਕਸ਼ਨ ਜ਼ਿਆਦਾ ਪੈ ਰਹੀ ਹੈ ਸ਼ੀਸ਼ੇ ਦੀ। ਬਹੁਤ ਜ਼ਿਆਦਾ ਹਾਈਟ ਦੇ ਉੱਤੇ ਆ ਗਏ। ਇਹ ਹੈਗੇ ਅਸੀਂ 51st ਫਲੋਰ ਦੇ ਉੱਤੇ। ਇਹ ਦੇਖੋ ਕਾਰਾਂ ਛੋਟੀਆਂ ਛੋਟੀਆਂ ਲੱਗਦੀਆਂ ਨੇ। ਪੂਰਾ ਔਕਲੈਂਡ ਸ਼ਹਿਰ ਇੱਥੋਂ ਦਿਖਦਾ। ਉਹ ਸਕਾਈ ਜੰਪ ਦਾ ਕੀ ਸੀਨ ਹੈ? ਸਕਾਈ ਜੰਪ ਟੌਪ ਤੋਂ ਹੁੰਦਾ ਹੈ। ਅਸਰ ਟੌਪ ਤੋਂ। ਓਕੇ ਆਪਾਂ ਦਾ ਡਿਊਟੀ ਨੂੰ ਲੈ ਲੈ। ਕਿੰਨੇ ਫਲੋਰ ਹੈ? ਕਿੰਨੇ ਇਹਦੇ? ਪੰਜ ਥੱਲੇ ਲੈਫਟ ਸਾਈਡ ਤੇ ਆ। ਉਹ ਬਹੁਤ ਜ਼ਿਆਦੇ ਆ ਗਏ। ਓਕੇ ਵਾਓ ਵਿਊ ਬਹੁਤ ਸੋਹਣਾ ਹੈ ਸਰ। ਆਪਾਂ ਇੱਥੇ ਆ। Okay. You have to go skydiving, sir, so you have just to just take this elevator. All right. Level 60 ka jana apan to baad aaju. Kitna hai? Oh, sahi mantri. Ek kari utte jaiye baad honde thalle. ਅੱਜ ਦੇ ਵਿੱਚ ਦੀ ਵੀ ਦਿੱਕਤ ਹੋਊਗਾ ਨਾ ਕੁਛ। ਆਹ ਕਾਈਂਡ ਆਫ ਦੂਰਬੀਨ ਦੇਖਿਆ ਜੇ ਕੁਛ ਦਿਖਦਾ ਹੈ। ਹਾਂ ਉਹ ਸਪਾਰ ਕਰੀਨਾ ਕਿੰਨਾ ਸੋਹਣਾ ਲੱਗਦਾ ਨਾ। ਉਹ ਨਹੀਂ ਜਿਹੜਾ ਸਪਾਰ ਕਰੀਨਾ ਉਹ ਤਾਰਾ ਜਿਹਾ ਇਹਦੇ ਵਿੱਚ ਦੀ ਕਿੰਨਾ ਉਹ ਵੱਡਾ ਲੱਗਦਾ। ਉਹਦੇ ਵਿੱਚ ਦੀ ਦੇਖੋ ਸਪਾਰ ਕਰੀਨਾ ਉਹ ਪਿੰਕ ਜਿਹਾ ਕਿੰਨਾ ਜਿਹੜਾ ਜਾਗ ਰਿਹਾ ਹੈਗਾ ਕਿੰਨਾ ਵਧੀਆ ਲੱਗ ਰਿਹਾ। ਇੱਧਰ ਆ ਗਿਆ ਬ੍ਰਿਜ। ਆਹ ਐਗਜ਼ਿਟ ਕਰਨ ਤੋਂ ਬਾਅਦ ਥੋੜ੍ਹਾ ਐਗਜ਼ੀਬਿਸ਼ਨ ਸ਼ਾਪ ਵਿੱਚ ਕੱਢ ਦਿੰਦੇ ਜੇ ਕਿਸੇ ਨੇ ਕੁਝ ਖਰੀਦਣਾ ਹੋਵੇ। ਅਤੇ ਇਹਦੀ ਪੂਰੀ ਹਿਸਟਰੀ ਦੱਸ ਰਹੇ ਸੀ ਪਹਿਲਾਂ, ਮੈਂ ਬਣਾ ਨਹੀਂ ਸਕਿਆ ਵੀਡੀਓ।
ਸਕਾਈ ਟਾਵਰ ਦੇ ਰਿਲੇਟਡ ਹੀ ਨੇ ਇੱਥੇ ਚੀਜ਼ਾਂ ਜਿਹੜੀਆਂ ਵੀ ਨੇ, ਅਤੇ ਕੁਛ ਵੀ ਲੈ ਸਕਦੇ ਹੋ ਇੱਥੇ ਜੇ ਕਿਸੇ ਨੂੰ ਗਿਫਟ ਕਰਨਾ ਜਾਂ ਕੁਛ ਵੀ, ਜਾਂ ਆਪਣੇ ਲਈ ਲੈ ਕੇ ਜਾਣੇ ਆ, ਜਿਵੇਂ ਬੱਚੇ ਜ਼ਿਆਦਾ ਜ਼ਿੱਦ ਕਰਦੇ ਹੁੰਦੇ ਵੈਸੇ ਇਹਨਾਂ ਹੀ ਚੀਜ਼ਾਂ ਲਈ। ਆਹ ਦੇਖੋ ਜਿਵੇਂ ਆਹ ਹੈਗੇ ਨੇ, ਨੀਚੇ ਆ ਗਏ ਜੀ ਆਪਾਂ ਟਾਵਰ ਤੋਂ ਹੈ, ਅਤੇ ਇੱਦਾਂ ਦਾ ਨਜ਼ਾਰਾ ਹੈਗਾ ਇੱਥੇ ਵੇਖਣ ਨੂੰ ਮਿਲਦਾ ਤੁਹਾਨੂੰ। ਅਤੇ ਆਹ ਐਸਕਲੇਟਰ 'ਤੇ ਵੀ ਜਾ ਸਕਦੇ ਹਾਂ ਆਪਾਂ, ਮੇਨ ਕਸਟਮ ਸਟਰੀਟ ਹੈ। ਠੀਕ ਹੈ, ਆਹ ਸਾਹਮਣੇ ਫੈਰੀ ਕਰਨੀ ਮਜ਼ਾ ਟ੍ਰੇਨ ਸਟੇਸ਼ਨ ਇੱਥੇ ਬ੍ਰਿਟ ਮਾਰਟ। ਠੀਕ ਆ, ਓਕੇ, ਆਹ ਲਿਖਿਆ ਹੋਇਆ। ਇਹਨਾਂ ਕੰਟਰੀਜ਼ ਦੀ ਆਹ ਖੱਲ ਬੜੀ ਖਾਸ ਹੈ ਵੀ ਜਿਹੜੀਆਂ ਬਿਲਡਿੰਗਾਂ ਸਾਂਭ ਕੇ ਰੱਖਦੇ ਆਪਣੇ ਆਪਣੇ ਵਾਲੇ ਤਾਂ ਢਾ ਢਾ ਕੇ ਉਹੀ ਨਾ ਢੋਂਦੇ ਨਹੀਂ, ਇਹ ਖਾਂ ਢੋਂਦੇ ਨਹੀਂ, ਐਂਟੀਕ ਜਿਹਾ ਬਣਾ ਦਿੰਦੇ ਆ ਦੇ ਪਿੱਛੇ ਬਿਲਡਿੰਗ। ਅੱਛਾ, ਆਹ ਵਾਲੀ ਡਿਲਵਰਥ ਲਿਖਿਆ ਜਿੱਥੇ, ਆਹ ਸਾਰੀ ਕੋਨੇ ਵਾਲੀ ਬਿਲਡਿੰਗ ਕਿੱਡੀ ਪੁਰਾਣੀ ਹੈ। ਠੀਕ ਆ, ਉੱਦਾਂ ਹੀ ਉੱਦਾਂ ਹੀ ਜਾਓ ਗਾਂ ਦੇਖ ਲਓ ਬਿਲਡਿੰਗ। ਓਕੇ, ਇਹਨਾਂ ਦੇਸ਼ਾਂ ਨੇ ਨਾ ਆਪਣਾ ਬਿਲਡਿੰਗਾਂ ਨੂੰ ਬਾਹਲਾ ਹੀ ਸਾਂਭ ਕੇ ਰੱਖਿਆ ਹੋਇਆ। ਕਿਹੜੇ ਆਇਲੈਂਡ ਨੂੰ? ਉਹੀ ਜਿੱਥੇ ਆਪਾਂ ਕਹਿ ਰਹੇ ਸੀਗੇ, ਉਹ ਕੀ ਨਾਮ ਆਇਲੈਂਡ ਦਾ? ਵਾਹੀਕੀ। ਵਾਹੀਕੀ ਨਵਾਂ ਹੋਟਲ ਖੁੱਲ੍ਹਿਆ ਇੰਟਰਕੋਂਟੀਨੈਂਟਲ, ਪਰ ਰੂਮ ਪਰ ਡੇ ਦਾ $800 ਮਿਨੀਮਮ ਸਟਾਰਟਿੰਗ। ਓਕੇ ਓਕੇ, ਜਿਹਦੇ ਤੋਂ ਲੈ ਕੇ ਪ੍ਰੀਮੀਅਮ 'ਚ ਆ ਗਿਆ ਨਾ ਫਿਰ ਇਹ, 42-43 ਤੱਕ ਪਰ ਰੂਮ।
ਅਸੀਂ ਜਾਂ ਏਅਰਪੋਰਟ 'ਤੇ ਕੰਮ ਕਰਦੇ ਜਾਂ ਅਸੀਂ ਬੁਕਿੰਗ 'ਤੇ ਕੰਮ ਕਰਦੇ ਅਸੀਂ ਐਂ ਕਰਦੇ ਹਾਂ ਤੁਸੀਂ ਤੁਰੇ ਫਿਰਨਾ ਇਹਨਾਂ ਨੇ ਕੀ ਕਰਨਾ ਹੈ ਹੱਥ ਥੋੜ੍ਹੀ ਜਿਹੀ ਹੋਰ ਨਾਈਟ ਹੋ ਜਾਂਦੇ ਇੱਥੇ ਆਵਾਜ਼ਾਂ ਵੱਜਦੀਆਂ ਹੁੰਦੀਆਂ ਹਰੇਕ ਨੂੰ ਜਿੰਨੀ ਟੈਕਸੀ ਜਿੰਨੀ ਟੈਕਸੀ ਸਾਰੇ ਬਾਹਰ ਤੱਕ ਲੱਭਾਂਗੇ ਠੀਕ ਆ ਆ ਜਿਹੜੀਆਂ ਸਾਰੀਆਂ ਸ਼ਿਪਸ ਵਗੈਰਾ ਜਾਂ ਕਹਿ ਲਓ ਜਾਂ ਤੁਸੀਂ ਬੋਟਸ ਕਹਿ ਲਓ ਇਹ ਪ੍ਰਾਈਵੇਟ ਰੈਂਟ ਵਗੈਰਾ ਕਰਕੇ ਆਪਾਂ ਕੋਈ ਵੀ ਪਾਰਟੀ ਵਗੈਰਾ ਔਰਗਨਾਈਜ਼ ਕਰ ਸਕਦੇ ਹਾਂ ਸਕਾਈ ਟਾਵਰ ਵੀ ਵਧੀਆ ਲੱਗ ਰਿਹਾ ਇੱਥੋਂ ਨਾ ਸਾਰਾ ਇਹ ਬੋਟਿੰਗ ਏਰੀਆ ਹੈ ਕਰੂਜ਼ ਵਗੈਰਾ ਆਉਂਦੇ ਹੋਣਗੇ ਇੱਥੇ ਟਰਮੀਨਲ ਕਹਿ ਸਕਦੇ ਹਾਂ ਇੱਕ ਅਤੇ ਇੱਥੋਂ ਆਈਲੈਂਡ ਨੂੰ ਵੀ ਜਾਂਦੇ ਇੱਥੇ ਇੱਕ ਵਹੀਕੀ ਆਈਲੈਂਡ ਆ ਜਿੱਥੇ ਜਾਣ ਦਾ ਸਾਡਾ ਪਲੈਨ ਹੈਗਾ ਪਤਾ ਨਹੀਂ ਹਲੇ ਪੂਰਾ ਹੋਊਗਾ ਕਿ ਨਹੀਂ ਹੋਊਗਾ ਫਾਈਨਲਾਈਜ਼ ਨਹੀਂ ਹੋਇਆ ਹੋਇਆ ਉਹ ਸਿਟੀ ਦੇਖੋ ਇੱਧਰੋਂ ਆਹ ਹੈਗਾ ਜੀ ਸਿਟੀ ਦਾ ਵਿਊ ਅਤੇ ਇਹ ਤੋਂ ਬਾਅਦ ਆਪਾਂ ਜਾਵਾਂਗੇ ਡਿਨਰ ਕਰਨ ਅਤੇ ਫਿਰ ਦੇਖਦੇ ਹਾਂ ਜੇ ਕੋਈ ਹੋਰ ਪਲੇਸ ਹੋਈ ਦਿਖਾਉਣ ਨੂੰ ਤਾਂ ਜ਼ਰੂਰ ਦਿਖਾਵਾਂਗੇ ਆਹ ਸਾਰੀ ਸਿਟੀ ਦੀ ਨਾ ਐਂ ਫੋਟੋ ਬਣਦੀ ਇਮੇਜ ਬਣਦੀ ਓਕੇ ਉੱਚੀਆਂ ਉੱਚੀਆਂ ਬਿਲਡਿੰਗਾਂ ਦੀ ਠੀਕ ਹੈ ਬਹੁਤ ਪਿਆਰੀ ਬਣਦੀ ਆਹ ਹੈਗੀ ਹੈ ਜੀ ਜਲੇਬੀ ਰਬੜੀ ਰੈਸਟੋਰੈਂਟ ਹੈ ਇਹਦਾ ਨਾਮ ਹੈਗਾ 1947 ਈਟਰੀ ਬਹੁਤ ਸੋਹਣਾ ਰੈਸਟੋਰੈਂਟ ਹੈ ਜੇ ਕੋਈ ਆਇਆ ਤਾਂ ਜ਼ਰੂਰ ਆਇਓ ਇੱਥੇ ਬਹੁਤ ਵਧੀਆ ਫੂਡ ਸੀਗਾ ਇੱਧਰ ਕਿਸੇ ਦੀ ਬਰਥਡੇ ਪਾਰਟੀ ਚੱਲ ਰਹੀ ਹੈ ਬਹੁਤ ਸੋਹਣਾ ਇਨਵਾਇਰਮੈਂਟ ਸੀਗਾ ਇਹਦਾ ਆਹ ਰੈਸਟੋਰੈਂਟ ਸੀਗਾ ਜੀ 1947 ਈਟਰੀ ਅਤੇ ਡਿਨਰ ਅਸੀਂ ਕਰ ਲਿਆ ਹੁਣ ਆਪਾਂ ਜਾਣਾ ਘਰ ਨੂੰ ਸੁਬਹਾ ਆਪਾਂ ਜਾਣਾ ਰੋਟਰੂਆ ਉਹ ਹੈਗੀ ਕਰੀਬ 2-3 ਘੰਟਿਆਂ ਦੀ ਡਰਾਈਵ ਹੈ ਅਤੇ ਫਿਰ ਤੁਹਾਨੂੰ ਕੱਲ੍ਹ ਨੂੰ ਦਿਖਾਉਂਦੇ ਹਾਂ ਫਿਰ ਨਵੀਂ ਲੋਕੇਸ਼ਨ ਨਵੇਂ ਸਫ਼ਰ ਨਾਲ ਅਤੇ ਜਾਂਦੇ ਜਾਂਦੇ ਤੁਸੀਂ ਦੇਖੋ ਆਪਣਾ ਸਕਾਈ ਟਾਵਰ ਦੇਖੋ ਬੜਾ ਸੋਹਣਾ ਹੈਗਾ ਇਹ
ਚਲੋ ਠੀਕ ਹੈ ਜੀ, ਫਿਰ ਅੱਜ ਦਾ ਵਲੌਗ ਇੱਥੇ ਤੱਕ ਹੀ ਸੀਗਾ ਅਤੇ ਕੱਲ੍ਹ ਨੂੰ ਮਿਲਦੇ ਹਾਂ ਤੁਹਾਨੂੰ ਨਵੇਂ ਟ੍ਰਿਪ 'ਤੇ। ਅੱਗੇ ਜਾਣਾ ਆਪਾਂ ਕੱਲ੍ਹ ਨੂੰ ਹੋਟਲ ਦੀ ਸਟੇਅ ਕਰਨੀ ਆ, ਫਿਰ ਤੁਹਾਨੂੰ ਦਿਖਾਉਂਦੇ ਹਾਂ ਅਸੀਂ ਰਸਤੇ ਦੇ ਵਿਊ, ਅਤੇ ਕੱਲ੍ਹ ਨੂੰ ਮਿਲਦੇ ਹਾਂ ਨਵੇਂ ਵਲੌਗ ਦੇ ਵਿੱਚ। ਉਦੋਂ ਤੱਕ ਸਤਿ ਸ਼੍ਰੀ ਅਕਾਲ।